ਧਰਮ ਦੇ ਨਾਂ ਦੇ ਉੱਤੇ ਰਾਮ ਮੰਦਰ ਦੇ ਉੱਤੇ ਵੋਟ ਮੰਗ ਰਹੇ ਹੈ। ਇਹ ਤਾਂ ਬੀਜੇਪੀ ਦੀ ਮਰਜ਼ੀ ਹੁੰਦੀ ਹੈ ਵੀ ਉਹ ਤਾਂ ਰਾਜ ਕਰ ਰਹੇ ਹੈਗੇ ਹੈ ਦਿੱਲੀ ਦੇ ਉੱਤੇ, ਇੰਡੀਆ ਦਾ ਨਾਂ ਭਾਰਤ ਰੱਖ ਦੇਣਾ। ਫਿਰ ਇਹੋ ਜਿਹੀਆਂ ਗੱਲਾਂ ਮੋਦੀ ਸਾਹਿਬ ਕਰਦੇ ਹੈ, ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀ ਜਾਂਦੇ ਹੈ ਕਿ ਸੁਪਰੀਮ ਕੋਰਟ ਵੀ ਆਪਣੇ ਸੰਵਿਧਾਨ ਨੂੰ ਉਹਦੀ ਰੱਖਿਆ ਨਹੀਂ ਕਰ ਰਹੀ। ਰਿਸਪੋਂਸੀਬਲ ਰਿਹਾ ਬਹੁਤ ਅੱਛਾ ਮਿਲ ਰਿਹਾ ਜੀ। ਤੁਸੀਂ ਜਰਨਲਿਸਟ ਤੋਂ ਤੁਸੀਂ ਆਪ ਆਪਣੇ ਕੈਮਰਿਆਂ ਦੇ ਵਿੱਚ ਰਜਿਸਟਰ ਕਰ ਰਹੇ ਹੋ ਕਿ ਇਹੋ ਜਿਹਾ ਰਿਸਪੋਂਸ ਹੈ, ਅਤੇ ਮੈਂ ਤਾਂ ਬਹੁਤ ਤੁਹਾਡਾ ਵੀ ਅਤੇ ਸਾਰੀ ਪਬਲਿਕ ਦਾ ਬਹੁਤ ਬਹੁਤ ਰਿਣੀ ਹੈ ਕਿ ਜਿਹੜਾ ਇਹ ਰਿਸਪੋਂਸ ਪੋਜ਼ੀਟਿਵ ਅਤੇ ਚੰਗਾ ਸਾਰੀ ਮੇਰੇ ਹਲਕਾ ਦੇ ਰਿਹਾ। ਜਿਵੇਂ ਕਿ ਗੱਲ ਕਰੀਏ ਬੀਜੇਪੀ ਦੀ, ਬੀਜੇਪੀ ਨੇ ਇੰਨੀ ਲੇਟ ਆਪਦਾ ਉਮੀਦਵਾਰ ਉਤਾਰਿਆ, ਕੀ ਲੱਗਦਾ ਤੁਹਾਨੂੰ? ਇਹ ਤਾਂ ਬੀਜੇਪੀ ਦੀ ਮਰਜ਼ੀ ਹੁੰਦੀ ਹੈ ਵੀ ਉਹ ਤਾਂ ਰਾਜ ਕਰ ਰਹੇ ਹੈਗੇ ਹੈ ਦਿੱਲੀ ਦੇ ਉੱਤੇ, ਅਤੇ ਮਰਜ਼ੀ ਦੇ ਨਾਲ ਚੱਲਦੇ ਆ, ਕਿਸੇ ਨੂੰ ਪੁੱਛਦੇ ਨਹੀਂ, ਕਰਦੇ ਨਹੀਂ ਹੈ, ਕਿਸੇ ਨਾਲ ਗੱਲ ਨਹੀਂ ਕਰਦੇ, ਅਤੇ ਆਪਣੇ ਆਪ ਹੀ ਮੁਲਕ ਨੂੰ ਚਲਾਈ ਜਾਂਦੇ ਹੈ। ਹੁਣ ਕਹਿੰਦੇ ਆ ਕਿ ਇਹ ਇੰਡੀਆ ਦਾ ਨਾਂ ਭਾਰਤ ਰੱਖ ਦੇਣਾ। ਫਿਰ ਇਹੋ ਜਿਹੀਆਂ ਗੱਲਾਂ ਮੋਦੀ ਸਾਹਿਬ ਕਰਦੇ ਹੈ, ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗੀ ਜਾਂਦੇ ਹੈ, ਜਿਹੜਾ ਕਿ ਇਹ ਮੁਲਕ ਧਰਮ ਨਿਰਪੱਖ ਮੁਲਕ ਹੈ ਅਤੇ ਧਰਮ ਦੇ ਉੱਤੇ ਆਪਾਂ ਵੋਟ ਨਹੀਂ ਮੰਗ ਸਕਦੇ, ਅਤੇ ਇਲੈਕਸ਼ਨ ਕਮਿਸ਼ਨ ਅਜੇ ਚੁੱਪ ਕੀਤਾ ਬੈਠਾ ਹੈ ਕਿ ਕੋਈ ਵੀ ਐਕਸ਼ਨ ਮੋਦੀ ਸਾਹਿਬ ਦੇ ਖਿਲਾਫ ਨਹੀਂ ਲੈ ਰਿਹਾ। ਦੂਸਰੀ ਚੀਜ਼ ਹੈ ਕਿ ਮੋਦੀ ਸਾਹਿਬ ਨੇ ਫੌਜਦਾਰੀ ਕੀਤੀ ਹੈ, ਕਿ ਕਿਹਾ ਕਿ ਪਹਿਲਾਂ ਤਾਂ ਅਸੀਂ ਨਾਲ ਦੇ ਅਤੇ ਬਾਹਰ ਦੇ ਮੁਲਕਾਂ ਨੂੰ ਆਪਣਾ ਫਾਈਲ ਭੇਜਦੇ ਸੀ, ਡੋਜ਼ੀਅਰ ਭੇਜਦੇ ਸੀਗੇ ਕਿ ਜਿਹੜੇ ਬੰਦੇ ਇੱਥੇ ਇੰਡੀਆ ਦੇ ਵਿੱਚ ਜੁਰਮ ਕਰਦੇ ਹੈ ਉਹਨਾਂ ਦਾ ਤੁਸੀਂ ਐਕਸ਼ਨ ਲਓ। ਹੁਣ ਮੋਦੀ ਸਾਹਿਬ ਕਹਿੰਦੇ ਹੈ ਕਿ ਅਸੀਂ ਉਹ ਰਿਵਾਜ਼ ਛੱਡ ਦਿੱਤਾ, ਅਸੀਂ ਹੁਣ ਸਿੱਧੀ ਗੋਲੀ ਆਪਣੀ ਇੰਟੈਲੀਜੈਂਸ ਤੋਂ ਮਰਵਾਉਂਦੇ ਹਾਂ, ਜਿਵੇਂ ਕੈਨੇਡਾ ਦੇ ਵਿੱਚ ਆਪਣੇ ਨਿੱਜਰ ਨੂੰ ਮਰਵਾਤਾ, ਰਿਪੂ ਦਮਨ ਸਿੰਘ ਮਲਿਕ ਨੂੰ ਮਰਵਾਤਾ, ਸੁਖਦੂਤ ਸਿੰਘ ਨੂੰ ਮਰਵਾਤਾ, ਬਰਤਾਨੀਆ ਦੇ ਵਿੱਚ ਆਪਣੇ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ, ਰੋਡੇ ਨੂੰ ਮਰਵਾਤਾ, ਅਤੇ ਆਪਣੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ, ਅਤੇ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ। ਇਹ ਸਾਰੇ ਜੁਰਮ ਇੰਟਰਨੈਸ਼ਨਲ ਪੱਧਰ ਦੇ ਬਣਦੇ ਹੈ, ਅਤੇ ਮੋਦੀ ਸਾਹਿਬ ਨੂੰ ਆਪਣੇ ਕਾਨੂੰਨ ਦਾ ਵੀ ਨਹੀਂ ਪਤਾ ਕਿ ਜਿਹੜਾ ਕਹਿੰਦਾ ਕਿ ਜਿਹੜਾ ਵੀ ਆਦਮੀ ਜਾਂ ਕੋਈ ਸੰਸਥਾ ਸਾਡੇ ਦੇਸ਼ ਦੇ ਵਿੱਚ ਦੂਜੇ ਦੇਸ਼ ਜਿਹਦੇ ਨਾਲ ਸਾਡਾ ਦੋਸਤਾਨਾ ਉਹਦਾ ਰਿਸ਼ਤਾ ਖਰਾਬ ਕਰੂਗਾ, ਉਹਦੇ ਉੱਤੇ ਫੌਜਦਾਰੀ ਹੋਊਗੀ। ਸੋ ਮੇਰਾ ਮਤਲਬ ਹੈ ਇਹ ਵੀ ਕਾਨੂੰਨ ਮੋਦੀ ਸਾਹਿਬ ਅਤੇ ਸ਼ਾਹ ਸਾਹਿਬ ਨੇ ਤੋੜਿਆ, ਨਾਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਨਾਲੇ ਜੈ ਰਾਮ ਜੀ ਜੈ ਸ਼ੰਕਰ ਜੀ ਨੇ, ਅਤੇ ਨਾਲੇ ਗੋਇਲ ਨੇ, ਅਤੇ ਇਹ ਰੋ ਦੇ ਮੁਖੀ ਨੇ, ਇਹ ਸਾਰੇ ਕਾਨੂੰਨ ਤੋੜ ਕੇ ਇਹ ਇਲੈਕਸ਼ਨ ਕਰ ਰਹੇ ਹੈ, ਅਤੇ ਇਹ ਧਰਮ ਦੇ ਨਾਂ ਦੇ ਉੱਤੇ ਰਾਮ ਮੰਦਰ ਦੇ ਉੱਤੇ ਵੋਟ ਮੰਗ ਰਹੇ ਹੈ, ਜਿਹੜਾ ਕਿ ਇਹ ਨਹੀਂ ਕਰ ਸਕਦੇ, ਅਤੇ ਇਹਦਾ ਐਕਸ਼ਨ ਕਿਸੇ ਕੋਲ ਤਾਕਤ ਨਹੀਂ ਹੈ, ਨਾ ਸੁਪਰੀਮ ਕੋਰਟ 'ਚ ਹੈ, ਨਾ ਇਲੈਕਸ਼ਨ ਕਮਿਸ਼ਨ ਕੋਲ ਹੈ ਕਿ ਇਸ ਨੂੰ ਬੰਦ ਕੀਤਾ ਜਾਵੇ, ਜਿਹਦਾ ਮਤਲਬ ਹੈ ਕਿ ਸਾਡਾ ਸਿਸਟਮ ਜਿੱਥੇ ਸਾਡਾ ਅਤਬਾਰ ਸੀਗਾ ਉਹ ਹੁਣ ਖਤਮ ਹੋ ਜਾ ਰਿਹਾ, ਕਿ ਸੁਪਰੀਮ ਕੋਰਟ ਵੀ ਆਪਣੇ ਸੰਵਿਧਾਨ ਨੂੰ ਉਹਦੀ ਰੱਖਿਆ ਨਹੀਂ ਕਰ ਰਹੀ। ਜੈਨ ਵੀ ਸੀ, ਮੁਸਲਮਾਨ ਵੀ ਸੀ, ਸਿੱਖ ਸੀ, ਸਾਰਿਆਂ ਦੇ। ਮੈਨੂੰ ਬੜੀ ਖੁਸ਼ੀ ਹੋਈ ਹੈ ਜਿਹੜਾ ਇਹਨਾਂ ਨੇ ਇੰਨਾ ਮੇਰਾ ਸਤਿਕਾਰ ਕੀਤਾ,
ਤੇ ਮੈਂ ਵੀ ਇਹਨਾਂ ਦੇ ਲਈ ਬਹੁਤ ਕੰਮ ਕੀਤਾ ਤੇ ਇਹ ਅਮਨ ਰੱਖਿਆ ਜਿਹਦੇ ਨਾਲ ਇਹਨਾਂ ਦੀ ਜਿਹੜਾ ਵਪਾਰ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੋਵੇ। ਕੋਈ ਫਰੌਤੀ ਨਹੀਂ ਇੱਥੇ ਹੋਈ, ਕੋਈ ਕਿਸੇ ਕਿਸਮ ਦਾ ਇਹਨਾਂ ਦੇ ਉੱਤੇ ਇਹੋ ਜਿਹਾ ਮੇਰੇ ਕੋਲ ਕੋਈ ਉਲਾਂਭਾ ਆਇਆ ਹੋਵੇ ਕਿ ਸਾਡੇ ਨਾਲ ਕਿਸੇ ਨਾਲ ਫੌਜਦਾਰੀ ਹੋਈ ਹੈ ਜਾਂ ਕਿਸੇ ਨਾਲ ਵੈਰ ਵਿਰੋਧ ਦੇ ਨਾਲ ਕਿਸੇ ਨਾਲ ਕੁਛ ਕੀਤਾ ਗਿਆ ਹੋਵੇ। ਸੁੱਖ ਅਤੇ ਚੈਨ ਦੀ ਬਾਂਸੀ ਬਿਲਕੁਲ ਮੇਰੇ ਹਲਕੇ ਦੇ ਵਿੱਚ ਜਦ ਦਾ ਮੈਂ ਐਮ ਪੀ ਬਣਿਆ ਇਹ ਵੱਜਦੀ ਰਹੀ ਹੈ। ਕਿਹੋ ਜਿਹੀ ਪਾਰਟੀ ਹੈਗੀ ਹੈ ਅਤੇ ਇਹਨਾਂ ਨੇ ਤਾਂ ਕਈ ਵੀ ਬਿੱਲ ਨਹੀਂ ਉਤਾਰੇ ਹੈਗੇ ਅਜੇ ਤੱਕ, ਅਤੇ ਇਹ ਨਜਾਇਜ਼ ਫਾਇਦਾ ਲੈ ਕੇ ਅਤੇ ਨਜਾਇਜ਼ ਇੱਕ ਸਮਝੌਤਾ ਬੀ ਜੇ ਪੀ ਦੇ ਨਾਲ ਬਣੌਟੀ ਕਰਕੇ ਇੱਥੇ ਰਾਜ ਕੀਤਾ ਅਤੇ ਇੱਥੇ ਜਿੰਨੀਆਂ ਵੀ ਪਾਕਿਸਤਾਨ ਤੋਂ ਡਰੱਗਸ ਆਈਆਂ, ਨਸ਼ੇ ਆਏ ਹੈ, ਇਹਨਾਂ ਦੇ ਰਾਜ ਦੇ ਵਿੱਚ ਆਏ ਹੈ। ਅਤੇ ਜਿਹੜੇ ਬੀ ਜੇ ਪੀ ਦੇ ਪ੍ਰਧਾਨ ਸੀਗੇ ਫਿਰੋਜ਼ਪੁਰ ਦੇ ਸ਼ਰਮਾ ਜੀ, ਉਹਨਾਂ ਦੇ ਪ੍ਰਾਈਵੇਟ ਸੈਕਟਰੀ ਤੋਂ ਜਿਹੜੀਆਂ ਇਹ ਚੀਜ਼ਾਂ ਨਸ਼ੀਲੀਆਂ ਪਾਕਿਸਤਾਨ ਤੋਂ ਆਉਂਦੀਆਂ ਸੀ ਉਹ ਫੜੀਆਂ ਗਈਆਂ ਸੀਗੀਆਂ, ਪਰ ਸ਼ਰਮਾ ਸਾਹਿਬ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿਆ। ਸਗੋਂ ਬਾਦਲ ਸਰਕਾਰ ਨੇ ਜਿਹੜੇ ਉੱਥੇ ਐਸ ਐਸ ਪੀ ਲੱਗੇ ਹੋਏ ਸੀਗੇ ਮਾਨ ਸਾਹਿਬ, ਉਹਨਾਂ ਦਾ ਤਬਾਦਲਾ ਕਰ ਦਿੱਤਾ ਸੀਗਾ। ਜਿਹਦਾ ਮਤਲਬ ਹੈ ਬੀ ਜੇ ਪੀ ਅਤੇ ਬਾਦਲ ਦਲ ਇਕੱਠੇ ਹੋ ਕੇ ਇੱਥੇ ਸਮੱਗਲਿੰਗ ਪਾਕਿਸਤਾਨ ਤੋਂ ਕਰਵਾਉਂਦੇ ਰਹੇ ਹੈ, ਜਿਹਦੇ ਵਿੱਚ ਅਸਲਾ ਵੀ ਆਉਂਦਾ ਰਿਹਾ ਹੈ ਅਤੇ ਡਰੱਗਸ ਅਤੇ ਕੋਕੇਨ ਅਤੇ ਚਿੱਟਾ ਅਤੇ ਇਹ ਸਾਰੇ ਜਿਹੜੇ ਖਤਰਨਾਕ ਡਰੱਗਸ ਹੈ ਉਹਨਾਂ ਦੇ ਟਾਈਮ ਦੇ ਵਿੱਚ ਆਏ ਆ। ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ, ਉਹਨਾਂ ਨੂੰ ਵੀ ਅਸੀਂ ਪੂਰਾ ਚਿੱਠਾ ਭੇਜਤਾ ਸੀਗਾ, ਪਰ ਅਜੇ ਕੋਈ ਐਕਸ਼ਨ ਨਹੀਂ ਹੋਇਆ। ਤੁਹਾਨੂੰ ਪਤਾ ਜਦੋਂ ਕੌਡੀ ਦਾ ਮੈਚ ਇੰਟਰਨੈਸ਼ਨਲ ਬਾਦਲਾਂ ਨੇ ਕਰਾਇਆ ਉਸ ਵੇਲੇ ਇਹਨਾਂ ਨੇ ਬਹਾਨਾ ਬਣਾਤਾ ਕਿ ਕੌਡੀ ਦੇ ਮੈਚ ਹੈਗੇ ਆ, ਪਰ ਇੰਟਰਨੈਸ਼ਨਲ ਸਾਰੇ ਜਿੱਡੇ ਵੀ ਵੱਡੇ ਵੱਡੇ ਸਮੱਗਲਰ ਦੁਨੀਆ ਦੇ ਕੈਨੇਡਾ ਦੇ, ਅਮੈਰੀਕਾ, ਜਪਾਨ, ਏਸ਼ੀਆ ਦੇ ਸੀਗੇ ਉੱਥੇ ਸੱਦੇ ਗਏ ਅਤੇ ਉੱਥੇ ਸੌਦੇਬਾਜ਼ੀ ਹੋਈ ਅਤੇ ਉਸ ਕੌਡੀ ਮੈਚ ਦੇ ਦੌਰਾਨ ਇਹ ਸਾਰੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਇੱਕ ਗੈਂਗ ਬਣ ਗਿਆ ਜਿਹੜਾ ਇਹ ਸਮੱਗਲਿੰਗ ਕਰਦਾ ਸੀਗਾ। ਮੈਂ ਕਹਿੰਦਾ ਕਿ ਇਹ ਕੇਜਰੀਵਾਲ ਸਾਹਿਬ ਨੂੰ ਜਿਹੜੀ ਜ਼ਮਾਨਤ ਦਿੱਤੀ ਹੈ ਠੀਕ ਦਿੱਤੀ ਗਈ ਹੈ, ਦੇਣੀ ਚਾਹੀਦੀ ਸੀ, ਪਰ ਸੁਪਰੀਮ ਕੋਰਟ ਉਹਨਾਂ ਦੇ ਉੱਤੇ ਕੋਈ ਕੰਡੀਸ਼ਨ ਨਹੀਂ ਲਾ ਸਕਦੀ, ਕਿਉਂ ਕਰਕੇ ਉਹਨਾਂ ਨੂੰ ਕੈਦ ਨਹੀਂ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੋਈ ਆਰਡਰ ਨਹੀਂ ਦੇ ਸਕਦੇ, ਕੋਈ ਲਿਖਤ ਪੜਤ ਪੜਤਾ ਉਹ ਫਾਈਲ ਨਹੀਂ ਦੇਖ ਸਕਦੇ, ਇਹ ਬਿਲਕੁਲ ਗਲਤ ਆਰਡਰ ਹੈ ਸੁਪਰੀਮ ਕੋਰਟ ਦਾ, ਕਿਉਂ ਕਰਕੇ ਉਹਨਾਂ ਨੂੰ ਸਜ਼ਾ ਨਹੀਂ ਹੋਈ ਅਤੇ ਉਹ ਸਿਰਫ ਬੇਲ ਦੇ ਉੱਤੇ ਆਏ ਹੈ। ਜਿੰਨਾ ਚਿਰ ਬੰਦਾ ਅਦਾਲਤ ਤੋਂ ਸਜ਼ਾ ਯਾਫਤਾ ਨਾ ਹੋਏ ਉਨਾ ਚਿਰ ਉਹਨੂੰ ਸਮਝਿਆ ਜਾਂਦਾ ਕਿ ਉਹ ਬੇਗਨਾ ਹੈਗਾ ਅਤੇ ਆਪਣਾ ਕੰਮ ਕਰ ਸਕਦਾ ਅਤੇ ਕੇਜਰੀਵਾਲ ਸਾਹਿਬ ਨੂੰ ਜਿਹੜਾ ਹਟਾ ਤਾ ਆਪਣੇ ਚੀਫ ਮਿਨਿਸਟਰ ਦੇ ਕੰਮ ਤੋਂ, ਮੈਂ ਉਹਦੀ ਪੁਸ਼ਟੀ ਨਹੀਂ ਕਰ ਸਕਦਾ, ਕਿਉਂ ਕਰਕੇ ਅਸੀਂ ਡੈਮੋਕ੍ਰੈਟਿਕ ਅਤੇ ਜਮਹੂਰੀਅਤ ਪਸੰਦ ਲੋਕ ਹੈ, ਸੰਵਿਧਾਨ ਦੇ ਵਿੱਚ ਰਹਿੰਦੇ ਹਾਂ, ਕਾਨੂੰਨ ਦੇ ਵਿੱਚ ਰਹਿੰਦੇ ਹਾਂ ਅਤੇ ਸੁਪਰੀਮ ਕੋਰਟ ਨੇ ਇਹ ਫੈਸਲਾ ਬਹੁਤ ਗਲਤ ਕੀਤਾ। ਜਿਵੇਂ ਮੈਨੂੰ ਸੂਟ ਕਰੂਗਾ, ਮੇਰੇ ਹਲਕੇ ਦੇ ਲਈ ਜਿਹੜੀ ਚੀਜ਼ ਚੰਗੀ ਲੱਗੂਗੀ ਮੈਨੂੰ ਅਤੇ ਪੰਜਾਬ ਦੇ ਲਈ ਚੰਗੀ ਲੱਗੂਗੀ ਉਹ ਮੈਂ ਕੰਮ ਕਰੂੰਗਾ।